ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ। ਤੁਹਾਡਾ ਆਪਣਾ ਇਸ ਕਰਕੇ ਹੈ ਕਿਉਂਕਿ ਗੱਲ ਤੁਹਾਡੀ ਸਿਹਤ ਦੀ ਕੀਤੀ ਜਾਂਦੀ ਹੈ, ਤੁਹਾਡੀ ਹੈਲਥ ਦੀ ਕੀਤੀ ਜਾਂਦੀ ਹੈ, ਅਤੇ ਉਸ ਹੈਲਥ ਨੂੰ ਸਹੀ ਕਿੱਦਾਂ ਰੱਖਣਾ ਹੈਗਾ। ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਅਸੀਂ ਗ੍ਰਸਤ ਹੋ ਜਾਂਦੇ ਹਾਂ ਅੱਜ ਦੇ ਟਾਈਮ ਦੇ ਵਿੱਚ। ਰੀਜ਼ਨ ਕਿਤੇ ਨਾ ਕਿਤੇ ਇੱਕੋ ਇੱਕ ਹੁੰਦਾ ਹੈ, ਜੋ ਕਿ ਹਮੇਸ਼ਾ ਡਾਕਟਰ ਨਵਦੀਪ ਸ਼ਰਮਾ ਜੀ ਜੋ ਕਿ ਸਾਡੇ ਨਾਲ ਹੁੰਦੇ ਨੇ ਉਹ ਵੀ ਦੱਸਦੇ ਨੇ ਕਿ ਸਾਡਾ ਲਾਈਫ ਸਟਾਈਲ ਜਿਹੜਾ ਆ ਉਹ ਚੇਂਜ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ। ਖਾਣ ਪੀਣ ਦਾ ਧਿਆਨ ਨਹੀਂ ਹੈਗਾ, ਉੱਠਣ ਦਾ, ਨੀਂਦ ਆਉਣ ਦਾ, ਸੌਣ ਦਾ, ਸਭ ਟਾਈਮ ਜਿਹੜੇ ਨੇ ਉਹ ਸਾਡੇ ਚੇਂਜ ਹੋ ਗਏ ਨੇ, ਜਿਸ ਕਰਕੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਸਾਨੂੰ ਲੱਗ ਰਹੀਆਂ ਨੇ। ਅਤੇ ਅੱਜ ਡਾਕਟਰ ਨਵਦੀਪ ਸ਼ਰਮਾ ਜੀ ਇੱਕ ਵਾਰ ਫਿਰ ਤੋਂ ਹੋਣਗੇ ਸਾਡੇ ਸ਼ੋਅ ਦੇ ਵਿੱਚ ਸਾਡੇ ਨਾਲ। ਬਹੁਤ ਸਾਰੀ ਆਡੀਅੰਸ ਜਾਣਦੀ ਹੈ ਜੀ ਕਿ ਡਾਕਟਰ ਨਵਦੀਪ ਸ਼ਰਮਾ ਜੀ ਵਿਸ਼ਵ ਪ੍ਰਸਿੱਧ ਆਯੁਰਵੈਦਿਕ ਸਪੈਸ਼ਲਿਸਟ ਨੇ, ਬਹੁਤ ਸਾਲ ਹੋ ਗਏ ਨੇ ਆਯੁਰਵੈਦ ਨੂੰ ਇੱਕ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਲੈਵਲ 'ਤੇ ਲੈ ਕੇ ਗਏ ਨੇ। ਹਰ ਵੱਡੀ ਤੋਂ ਵੱਡੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਆ ਆਯੁਰਵੈਦ ਦੇ ਜ਼ਰੀਏ ਉਹਨਾਂ ਵੱਲੋਂ ਕੀਤਾ ਜਾਂਦਾ। 31 ਸੈਂਟਰਸ ਨੇ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਬਲਕਿ USA ਦੇ ਵਿੱਚ ਬਹੁਤ ਸਾਰੇ ਸੈਂਟਰਸ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਸੈਂਟਰਸ ਨੇ। USA ਦੀ ਜਿਹੜੀ ਸਾਡੀ ਆਡੀਅੰਸ ਦੇਖ ਰਹੀ ਹੈ, ਤੁਸੀਂ ਤਾਂ ਵਿਜ਼ਿਟ ਕਰ ਸਕਦੇ ਹੋ ਸੈਂਟਰਸ ਦੇ ਵਿੱਚ, ਅਦਰਵਾਈਜ਼ ਜਿਹੜੀ ਆਸ ਪਾਸ ਦੀ ਆਡੀਅੰਸ ਹੈਗੀ ਹੈ ਉਹਨਾਂ ਦੇ ਕੋਲ ਕੋਈ ਸੈਂਟਰ ਮੌਜੂਦ ਨਹੀਂ ਹੈਗਾ, ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਹੁਣ ਕੀ ਕਰਾਂਗੇ। ਉਹਨਾਂ ਲਈ ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਨੀ ਹੈਗੀ ਹੈ, ਆਪਣੀ ਪ੍ਰੋਬਲਮ ਡਿਸਕਸ ਕਰਨੀ ਹੈ, ਦਵਾਈ ਤੁਹਾਨੂੰ ਘਰ ਬੈਠੇ ਵੀ ਪਹੁੰਚਾਈ ਜਾ ਸਕਦੀ ਹੈ। NDCARE ਐਪ ਜਿਹੜੀ ਹੈਗੀ ਹੈ ਇਹਨੂੰ ਤੁਸੀਂ ਗੂਗਲ ਤੋਂ ਚਾ ਕੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੈਗੇ ਹੋ। ਇੱਥੇ ਆਪਣੀਆਂ ਰਿਪੋਰਟ ਸੈਂਡ ਕਰ ਸਕਦੇ ਹੋ, ਨਾਲ ਦੀ ਨਾਲ ਡਾਕਟਰ ਨਵਦੀਪ ਸ਼ਰਮਾ ਯੂਟਿਊਬ 'ਤੇ ਤੁਸੀਂ ਸਰਚ ਕਰ ਸਕਦੇ ਹੋ, ਯੋਗਾ ਦੇ ਬਹੁਤ ਸਾਰੇ ਆਸਨ ਜਿਹੜੇ ਨੇ ਉਹ ਦੱਸੇ ਜਾਣਗੇ। ਅਤੇ ਅੱਜ ਜਿਹੜੀ ਮੇਨ ਪ੍ਰੋਬਲਮ ਨੂੰ ਮੈਂ ਜਿਹੜੀ ਮੇਨ ਬਿਮਾਰੀ, ਬਹੁਤ ਸਾਰੇ ਲੋਕ ਕਹਿਣਗੇ ਕੋਈ ਬਿਮਾਰੀ ਨਹੀਂ ਹੈਗੀ ਜਿਹਨੂੰ ਮੈਂ ਡਿਸਕਸ ਕਰਨ ਜਾ ਰਹੀ ਹਾਂ, ਪਰ ਇਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ ਅਤੇ ਉਹ ਹੈਗੀ ਇਨਸੋਮੀਆ ਦੀ ਬਿਮਾਰੀ, ਯਾਨੀ ਕਿ ਨੀਂਦ ਨਾ ਆਉਂਦੀ। ਬਹੁਤ ਸਾਰੇ ਲੋਕ ਇਹਨੂੰ ਇਗਨੋਰ ਕਰ ਦਿੰਦੇ ਨੇ ਨੋਰਮਲ ਕਿ ਚਲੋ ਸਾਨੂੰ ਨੀਂਦ ਨਹੀਂ ਆਉਂਦੀ, ਅਸੀਂ ਬਹੁਤ ਘੱਟ ਸੋਂਦੇ ਹਾਂ ਜੀ, ਜਾਂ ਫਿਰ ਕਹਿ ਦਿੰਦੇ ਨੇ ਕੋਈ ਟੈਨਸ਼ਨ ਹੈਗੀ ਆ, ਪਰੇਸ਼ਾਨੀ ਦੀ ਵਜ੍ਹਾ ਦੇ ਨਾਲ ਨੀਂਦ ਘੱਟ ਆਉਂਦੀ, ਜਾਂ ਉਮਰ ਵੱਧ ਹੋ ਗਈ ਤਾਂ ਨੀਂਦ ਘੱਟ ਹੁੰਦੀ, ਪਰ ਇਹ ਨੀਂਦ ਨਾ ਆਉਣਾ ਵੀ ਕਾਫੀ ਖਤਰਨਾਕ ਹੋ ਸਕਦਾ, ਇਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈਗੀ ਹੈ, ਇਹਨੂੰ ਡਿਸਕਸ ਕਰਾਂਗੇ ਜੀ। ਅਤੇ ਵੈਲਕਮ ਕਰ ਲੈਂਦੇ ਹਾਂ, ਵੈਲਕਮ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਜੀ, ਦੱਸ ਦਿੰਦੇ ਹੈਗੇ ਕਿ ਡਾਕਟਰ ਨਵਦੀਪ ਸ਼ਰਮਾ ਜੀ 15 ਅਗਸਤ ਤੋਂ ਬਾਅਦ USA ਦੇ ਵਿੱਚ ਹੋਣਗੇ, ਮਿਲ ਸਕਦੇ ਹੋ ਤੁਸੀਂ ਇਹਨਾਂ ਨੂੰ, ਜੋ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ। ਸਰ, USA ਦੇ ਵਿੱਚ ਨਿਊਯਾਰਕ ਐਂਡ ਕੈਲੀਫੋਰਨੀਆ ਦੋ ਜਗ੍ਹਾ 'ਤੇ ਵਿਜ਼ਿਟ ਕਰੋ। ਬਿਲਕੁਲ ਜੀ। ਸੋ ਸਰ, ਇਨਸੋਮੀਆ ਦੀ ਗੱਲ ਕਰਦੇ ਹਾਂ, ਅੱਜ ਨੀਂਦ ਨਾ ਆਉਣਾ, ਜਿਵੇਂ ਮੈਂ ਸਟਾਰਟ ਦੇ ਵਿੱਚ ਕਿਹਾ, ਲੋਕ ਇਹਨੂੰ ਬਿਮਾਰੀ ਮੰਨਦੇ ਹੀ ਨਹੀਂ ਹੈਗੇ, ਹੈ ਨਾ? ਬਿਲਕੁਲ। ਤਾਂ ਉਹ ਸਟਾਰਟ ਦੇ ਵਿੱਚ ਦੱਸੋ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈਗੀ ਆ, ਇਹਦਾ ਰੀਜ਼ਨ ਕੀ ਹੈਗਾ ਆ ਕਿ ਨੀਂਦ ਪ੍ਰੋਪਰ ਨਹੀਂ ਆ ਪਾਉਂਦੀ? ਜਿਵੇਂ ਮੈਂ ਕਿਹਾ, ਕਈਆਂ ਲੱਗਦਾ ਕਿ ਚਲੋ ਪਰੇਸ਼ਾਨੀ ਆ, ਕਈਆਂ ਲੱਗਦਾ ਸਾਡੀ ਉਮਰ ਵੱਧ ਗਈ ਤਾਂ ਜੀ ਹੁਣ ਨੀਂਦ ਘੱਟ ਆਉਂਦੀ ਹੈ। ਦੇਖੋ, ਨੀਂਦ ਔਰ ਆਹਾਰ ਅਤੇ ਬ੍ਰਹਮਚਰਿਆ, ਇਹ 3 ਉਪ ਸਤੰਭ ਮੰਨੇ ਗਏ ਨੇ ਜੀ ਜੀਵਨ ਦੇ। ਆਯੁਰਵੇਦ ਕਹਿੰਦਾ ਹੈ ਆਹਾਰ ਜਿਹੜਾ ਔਰ ਬ੍ਰਹਮਚਰਿਆ ਅਗਰ ਚੰਗੇ ਤਰੀਕੇ ਨਾਲ ਲਿੱਤਾ ਜਾਏ ਬਹੁਤ ਸਾਰੇ ਰੋਗਾਂ ਤੋਂ ਤੁਸੀਂ ਬਚ ਸਕਦੇ ਹੋ। ਆਪਾਂ ਨੀਂਦ ਦੀ ਗੱਲ ਕਰ ਰਹੇ ਹਾਂ, ਨੀਂਦ ਇੱਕ ਐਸੀ ਚੀਜ਼ ਹੈ ਜਿਹੜੀ ਅਲੱਗ ਅਲੱਗ ਏਜ ਗਰੁੱਪ 'ਚ ਅਲੱਗ ਅਲੱਗ ਉਹਦੀ ਜਿਹੜੀ ਹੈ ਰਿਕੁਆਇਰਮੈਂਟ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਵੱਡੇ ਹੁੰਦੇ ਚਲੇ ਜਾਂਦੇ ਹਾਂ, ਅਕਸਰ ਇਹ ਦੇਖਿਆ ਜਾਂਦਾ ਵੈ ਕਿ ਉਮਰ ਦੇ ਨਾਲ ਜਿਹੜੀ ਨੀਂਦ ਆ ਉਹ ਘੱਟਦੀ ਚਲੀ ਜਾਂਦੀ ਹੈ। ਰਾਦਰ ਅਗਰ ਆਪਾਂ ਉਲਟਾ ਕਹੀਏ ਤਾਂ ਨੀਂਦ ਦਾ ਘਟਣਾ ਜਿਹੜਾ ਏਜਿੰਗ ਨੂੰ ਜਲਦੀ ਕਰਵਾਉਂਦਾ ਵੈ। ਇਸ ਕਰਕੇ ਨੀਂਦ ਨੂੰ ਪ੍ਰੋਪਰ ਜ਼ਰੂਰ ਰੱਖੋ। ਔਰ ਇਨਸੋਮਨੀਆ ਇੱਕ ਐਸਾ ਰੋਗ ਜਿਹਦੇ ਮਰੀਜ਼ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਮੈਂ ਰੋਗ ਹੋ ਗਿਆ ਵੈ, ਕਿਉਂਕਿ ਹੁੰਦਾ ਕੀ ਆ, ਦੇਖੋ ਜੀ, ਕੋਈ ਇੱਕ ਦਿਨ ਬੜੀ ਚਿੰਤਾ ਵਾਲੀ ਗੱਲ ਹੋ ਗਈ, ਆਪਾਂ ਬਹੁਤ ਬਿਜ਼ੀ ਰਹੇ, ਨੀਂਦ ਲੇਟ ਆਈ, ਇੱਕ ਨੋਰਮਲ ਚੀਜ਼ ਹੈ, ਇਨਸੋਮਨੀਆ ਨਹੀਂ ਹੈ। ਅਗਲੇ ਦਿਨ ਸਾਡਾ ਸਰੀਰ ਵੱਧ ਸੋ ਕੇ ਜਾਂ ਦਿਨੇ ਵੱਧ ਸੋ ਕੇ ਉਸ ਕਮੀ ਨੂੰ ਪੂਰੀ ਕਰ ਲਏਗਾ। ਲੇਕਿਨ ਅਗਰ ਰੋਜ਼ ਹੀ ਐਸਾ ਹੋ ਰਿਹਾ ਵੈ, 12-1 ਵੱਜ ਰਹੇ ਨੇ, 3 ਵੱਜ ਰਹੇ ਨੇ, 2 ਵੱਜ ਰਹੇ ਨੇ ਔਰ ਨੀਂਦ ਨਹੀਂ ਆ ਰਹੀ, ਇਨਸੋਮਨੀਆ ਜੀ। ਔਰ ਉਸ ਇਨਸੋਮਨੀਆ ਦਾ ਤੁਸੀਂ ਕਾਰਨ ਪੁੱਛਿਆ ਜੀ, ਮੈਂ ਜੇ ਅੱਜ ਕਾਰਨ ਦੀ ਗੱਲ ਕਰਾਂ ਤਾਂ ਕਾਰਨ ਤਾਂ ਆਪਾਂ ਆਪ ਹੀ ਹਾਂ, ਕਿਉਂਕਿ ਆਪਾਂ ਆਪਣਾ ਜਿਹੜਾ ਟਾਈਮ ਹੈ ਨੀਂਦ ਦਾ ਉਹ ਬਿਲਕੁਲ ਬਦਲ ਲਿਆ ਵਾ। ਉਹ ਚੇਂਜ ਹੋ ਗਿਆ, ਬਿਲਕੁਲ। ਕੋਈ ਟਾਈਮ ਸੀ ਆਪਾਂ 8 ਵਜੇ ਲੋਕ ਖਾਣਾ ਖਾਂਦੇ ਸੀ, 8 ਵੀ ਕੀ, ਕਿਸੇ ਸਟੇਜ 'ਤੇ 7 ਵਜੇ ਲੋਕ ਖਾਣਾ ਖਾਂਦੇ ਸੀ, 7 ਵਜੇ 8 ਵਜੇ ਖਾਣਾ ਖਾਧਾ, 9 ਹੱਦ 10 ਵਜੇ ਤੱਕ ਬੰਦਾ ਜਿਹੜਾ ਉਹ ਸੋ ਜਾਂਦਾ ਸੀ। ਲੇਕਿਨ ਅੱਜ ਬਿਲਕੁਲ ਉਲਟਾ ਵੈ, ਅੱਜ 10:30-11 ਵੱਜ ਜਾਂਦੇ ਆ ਜੀ ਘਰ ਆਉਂਦੇ ਆਉਂਦੇ। ਸਭ ਤੋਂ ਪਹਿਲੇ ਬੰਦੇ ਨੂੰ ਉਹ ਘਰ ਆਉਂਦਾ ਵੈ, ਫਿਰ ਉਹ ਮੂਡ ਬਣਾਉਂਦਾ ਖਾਣਾ ਖਾਣ ਦਾ, ਟੀਵੀ ਦੇਖ ਲਿਆ, ਗੱਲਾਂ ਕਰ ਲਈਆਂ, ਅਨਵਾਈਂਡ ਕਰਦੇ ਕਰਦੇ ਬੰਦਿਆਂ ਨੂੰ 11-12 ਤੱਕ ਵੱਜ ਜਾਂਦੇ ਨੇ, ਫਿਰ ਖਾਣਾ ਖਾਧਾ ਜਾਂਦਾ ਵੈ ਅਤੇ 1 ਵਜੇ ਦੇ ਆਸ ਪਾਸ ਸੌਣ ਲੱਗਿਆ ਸਭ ਤੋਂ ਪਹਿਲੇ ਆਪਣਾ ਫੋਨ ਦੇਖਿਆ ਜਾਂਦਾ ਵੈ ਕਿ ਉਹ ਅੱਜ ਤਾਂ ਮੈਂ ਸਾਰਾ ਦਿਨ ਫੇਸਬੁੱਕ ਨਹੀਂ ਦੇਖੀ, ਮੈਂ ਅੱਜ ਸਾਰਾ ਦਿਨ ਦੇ ਉੱਪਰ ਮੇਰੀ ਇਹ ਫੇਵਰੇਟ ਐਪ ਹੈ ਮੈਂ ਨਹੀਂ ਦੇਖਿਆ।
ਸੌਂਦੇ ਸੌਂਦੇ ਬੰਦਾ ਮੋਬਾਈਲ ਦੇਖਦੇ ਦੇਖਦੇ ਕੋਈ 1 ਵਜੇ ਸੌ ਰਿਹਾ ਵਾ, ਕੋਈ 2 ਵਜੇ ਸੌ ਰਿਹਾ ਵਾ, ਉਸ ਹਿਸਾਬ ਦੇ ਨਾਲ ਸਵੇਰੇ ਜਿਹੜਾ ਬੰਦਾ ਕੁਛ ਤਾਂ ਲੇਟ ਉੱਠ ਕੇ ਨੀਂਦ ਪੂਰੀ ਕਰ ਲੈਂਦੇ ਨੇ, ਕੁਛ ਸਵੇਰੇ ਫਿਰ ਆਫਿਸ ਭੱਜਣਾ ਹੁੰਦਾ, ਸਵੇਰੇ ਫਿਰ ਜਲਦੀ ਉੱਠਦੇ ਨੇ। ਉਹ ਇੱਕ ਐਸਾ ਵਿਸ਼ੀਅਸ ਸਾਈਕਲ ਬਣ ਜਾਂਦਾ ਵਾ ਕਿ ਕੁਛ ਦੇਰ ਤੋਂ ਬਾਅਦ ਜਿਹੜੀ ਸਾਡੀ ਬੋਡੀ ਹੈ ਉਹ ਘੱਟ ਸੌਣ ਨੂੰ ਅਡੈਪਟ ਕਰ ਲੈਂਦੀ ਹੈ। ਹੁਣ ਸਰੀਰ ਸਾਨੂੰ ਲੱਛਣ ਨਹੀਂ ਦਿੰਦਾ, ਸ਼ੁਰੂ ਸ਼ੁਰੂ 'ਚ ਦੇਗਾ। ਮੰਨ ਲਓ ਤੁਸੀਂ ਜਿਹੜਾ ਵਾ ਰੋਜ਼, ਸਪੋਜ਼ ਕਰੋ ਤੁਸੀਂ ਸੌ ਰਹੇ ਹੋ ਜੀ ਕੋਈ 8 ਘੰਟੇ ਔਰ ਅੱਜ ਸੁੱਤੇ ਹੋ 4 ਘੰਟੇ, ਸਰੀਰ ਤੋਂ ਉਹਨੂੰ ਲੱਛਣ ਦੇਗਾ। ਅਗਲੇ ਦਿਨ ਤੁਸੀਂ ਥੱਕੇ ਹੋਵੋਗੇ, ਕੰਸੈਂਟ੍ਰੇਸ਼ਨ ਨਹੀਂ ਹੋਏਗੀ, ਪੂਰਾ ਧਿਆਨ ਨਹੀਂ ਲੱਗੇਗਾ, ਨੀਂਦ ਵੀ ਆਏਗੀ। ਹੁਣ ਤੁਸੀਂ ਸਪੋਜ਼ ਕਰੋ ਅਗਲੇ ਦਿਨ ਵੀ ਉਸ ਤਰ੍ਹਾਂ ਹੀ ਕੀਤਾ, ਫਿਰ ਤੁਸੀਂ 4 ਘੰਟੇ ਹੀ ਸੁੱਤੇ, ਥੋੜ੍ਹੇ ਘੱਟ ਲੱਛਣ ਆਉਣਗੇ। ਤੀਜਾ ਜਾਂ ਚੌਥਾ ਦਿਨ ਆਉਂਦੇ ਆਉਂਦੇ ਬੋਡੀ ਉਹਨੂੰ ਅਡੈਪਟ ਕਰ ਲੈਂਦੀ ਹੈ ਔਰ ਸ਼ਾਇਦ ਜਦੋਂ ਹਫ਼ਤਾ ਹੋ ਜਾਏਗਾ ਤੁਹਾਨੂੰ ਕੋਈ ਐਕਸਟਰਾ ਨੀਂਦ ਵੀ ਨਹੀਂ ਆਏਗੀ। ਤੁਹਾਨੂੰ ਲੱਗਣਾ ਸ਼ੁਰੂ ਹੋ ਜਾਏਗਾ ਕਿ 4 ਘੰਟੇ ਸੋਣਾ ਮੇਰੇ ਵਾਸਤੇ ਨੋਰਮਲ ਹੈ, ਲੇਕਿਨ ਸਰੀਰ ਅੰਦਰੋਂ ਖਰਾਬ ਹੋ ਰਿਹਾ ਹੋਏਗਾ ਕਿਉਂਕਿ ਸਰੀਰ ਨੂੰ, ਬੋਡੀ ਦੇ ਹਰ ਇੱਕ ਸੈੱਲ ਨੂੰ ਉਸ ਰਿਲੈਕਸੇਸ਼ਨ ਦੀ ਲੋੜ ਹੈ ਜਿਹੜੀ ਨਹੀਂ ਮਿਲ ਰਹੀ ਹੈ। ਔਰ ਇਹੀ ਕਾਰਨ ਹੈ ਕਿ ਮੈਜੋਰਿਟੀ ਲੋਕ ਜਿਹੜੇ ਇਨਸੋਮਨੀਆ ਤੋਂ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਨੂੰ ਇਨਸੋਮਨੀਆ ਵਾ। ਉਲਟਾ ਇਹ ਸੋਚਦੇ ਨੇ ਕਿ ਸਾਡਾ ਸਰੀਰ ਬਹੁਤ ਚੰਗਾ ਜੀ, ਆਪਾਂ ਤਾਂ ਸਿਰਫ 3 ਘੰਟੇ ਰੈਸਟ ਕਰਦੇ ਹਾਂ, 4 ਘੰਟੇ ਰੈਸਟ ਕਰਦੇ ਹਾਂ, ਜੋ ਕਿ ਗਲਤ ਹੈ। ਹਰ ਇਨਸਾਨ ਨੂੰ 1-6 ਘੰਟੇ ਤੋਂ ਲੈ ਕੇ 8 ਘੰਟੇ ਤੱਕ ਦੀ ਡੈਡੀਕੇਟਿਡ ਸਲੀਪ ਚਾਹੀਦੀ ਹੈ ਜੀ, ਕੰਟੀਨਿਊਅਸ ਸਲੀਪ, ਜਿਹਦੇ 'ਚ ਬਹੁਤੇ ਸੁਪਨੇ ਨਾ ਆਉਣ। ਕਿਉਂਕਿ ਬਹੁਤੀ ਸੁਪਨਿਆਂ ਵਾਲੀ ਵੀ ਜਿਹੜੀ ਸਲੀਪ ਹੈ ਉਹ ਹੁੰਦੀ ਹੈ ਜੀ ਰੈਪਿਡ ਆਈ ਮੂਵਮੈਂਟ ਸਲੀਪ। ਉਸ ਨੀਂਦ ਦੇ ਅੰਦਰ ਬੰਦਾ ਉਨਾ ਰਿਲੈਕਸ ਨਹੀਂ ਕਰ ਪਾਉਂਦਾ। ਐਕਚੁਅਲ ਨੀਂਦ ਜਿਹੜੀ ਗਹਿਰੀ ਨੀਂਦ ਹੈ ਉਸ ਨੀਂਦ ਦੇ ਅੰਦਰ ਬੰਦੇ ਨੂੰ ਡ੍ਰੀਮਸ ਨਹੀਂ ਆਉਂਦੇ ਹੈ, ਉਹ ਬਿਨਾਂ ਡ੍ਰੀਮਸ ਵਾਲੀ ਸਲੀਪ ਹੁੰਦੀ ਹੈ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜੇ ਇਨਸੋਮਨੀਆ ਤੋਂ ਸਫ਼ਰ ਕਰ ਰਹੇ ਹਾਂ, ਇੱਕ ਤਾਂ ਮੰਨਣਾ ਵਾ ਕਿ ਸਾਨੂੰ ਇਨਸੋਮਨੀਆ ਵਾ, ਉਸ ਤੋਂ ਬਾਅਦ 'ਚੋਂ ਆਪਾਂ ਕੋਸ਼ਿਸ਼ ਕਰਨੀ ਉਹਦਾ ਹੱਲ ਕੱਢਣ ਦੀ ਕਿ ਆਪਾਂ ਨੂੰ ਠੀਕ ਕਰ ਸਕੀਏ। ਬਿਲਕੁਲ ਜੀ। ਸੋ ਸਟਾਰ ਦੇ ਵਿੱਚ ਜਿਵੇਂ ਤੁਸੀਂ ਦੱਸਿਆ, ਓਬਵੀਅਸ ਹੈ ਕਿ ਇਹਨੂੰ ਕੋਈ ਨਹੀਂ ਮੰਨਦਾ ਹੈਗਾ ਬਿਮਾਰੀ, ਸਾਨੂੰ ਲੱਗਦਾ ਕਿ ਚਲੋ ਠੀਕ ਹੈ ਜੀ ਅਸੀਂ ਐਕਟਿਵ ਹੈਗੇ ਹਾਂ ਅਤੇ ਸਾਡੀ ਸਿਹਤ ਬੜੀ ਵਧੀਆ ਹੈਗੀ ਆ, ਪਰ ਕਿਤੇ ਨਾ ਕਿਤੇ ਜਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਕਹਿੰਦੇ ਕਿ ਆਪਣੀ ਬੋਡੀ ਵੀ ਇੱਕ ਮਸ਼ੀਨ ਹੈਗੀ ਆ, ਜਿਵੇਂ ਕਿ ਮਸ਼ੀਨ ਨੂੰ ਆਪਾਂ ਤੇਲ ਪਾਣੀ ਦਿੰਦੇ ਹਾਂ ਅਤੇ ਫਿਰ ਉਹਨੂੰ ਥੋੜ੍ਹਾ ਜਿਹਾ ਹੁੰਦਾ ਕਿ ਨਹੀਂ ਜੀ ਹੁਣ ਮਸ਼ੀਨ ਇੰਨੀ ਟਾਈਮ ਤੋਂ 8-9 ਘੰਟੇ ਤੋਂ ਲਗਾਤਾਰ ਕੰਮ ਕਰ ਰਹੀ ਹੈ, ਇਹਨੂੰ ਹੁਣ ਬ੍ਰੇਕ ਦੇ ਦਈਏ। ਅਤੇ ਇਹ ਸਾਡੀ ਬੋਡੀ ਹੈ ਜੋ ਕਿ ਸਾਨੂੰ ਮਸ਼ੀਨ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ, ਸੋ ਇਹਦੇ ਅੰਦਰ ਜਿਹੜੀ ਮਸ਼ੀਨਰੀ ਉਹ ਵੀ ਪੂਰਾ ਦਿਨ ਕੰਮ ਕਰਦੀ ਹੈ ਅਤੇ ਉਹਨੂੰ ਵੀ ਰੈਸਟ ਦੀ ਬਹੁਤ ਜ਼ਰੂਰਤ ਪੈਂਦੀ ਹੈ। ਸੋ ਸਰ ਜਿਵੇਂ ਗੱਲ ਕਰਦੇ ਜਿਹੜੇ ਲੋਕ ਨਹੀਂ ਮੰਨਦੇ ਹੈਗੇ ਇਹਨੂੰ ਬਿਮਾਰੀ, ਨਹੀਂ ਸੁਣਦੇ ਹੈਗੇ, ਤਾਂ ਆਉਣ ਵਾਲੇ ਟਾਈਮ 'ਚ ਕਿੱਦਾਂ ਇਹ ਖਤਰਨਾਕ ਹੋ ਸਕਦਾ? ਦੇਖੋ ਅੱਜ ਦੀ ਡੇਟ 'ਚ ਸਾਇਲੈਂਟ ਹਾਰਟ ਅਟੈਕਸ ਦੀ ਜਿਹੜੀ ਹੈ ਇੰਸਟੈਂਸ ਬਹੁਤ ਵੱਧ ਰਹੀ ਹੈ। ਸਾਇਲੈਂਟ ਅਟੈਕਸ ਆਉਣਾ, ਬੀ ਪੀ ਲਗਾਤਾਰ ਵਧਣਾ, ਝੁੱਲੜੀਆਂ ਜਲਦੀ ਪੈ ਜਾਣਾ, ਏਜਿੰਗ ਜਲਦੀ ਹੋਣਾ, ਬਿਨਾਂ ਕੁਛ ਖਾਧੇ ਪੀਤੇ ਮੋਟਾਪਾ ਆਉਣਾ, ਬੜੇ ਸਾਰੇ ਲੱਛਣ ਨੇ ਜਿਹੜੇ ਕਿ ਆਪਾਂ ਅਗਰ ਰੈਸਟ ਪ੍ਰੋਪਰ ਨਹੀਂ ਕਰ ਰਹੇ, ਬੋਡੀ 'ਚੋਂ ਟੋਕਸਿਨਸ ਹੀ ਨਹੀਂ ਨਿਕਲ ਰਹੇ। ਜਦੋਂ ਆਪਾਂ ਸੋਂਦੇ ਹਾਂ ਸਾਡੀ ਬੋਡੀ ਆਪਣੇ ਆਪ ਨੂੰ ਡੀਟੋਕਸੀਫਾਈ ਕਰਦੀ ਹੈ। ਸਮੇਂ ਤੋਂ ਪਹਿਲੇ ਅਗਰ ਆਪਾਂ ਬਜ਼ੁਰਗ ਨਹੀਂ ਲੱਗਣਾ ਚਾਹੁੰਦੇ ਤਾਂ ਸੋਣਾ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਵੈ ਮੈਂ ਹੋਰ ਕੋਈ ਵੀ ਚੀਜ਼ ਕਹਿ ਦਾਂ ਕਿਸੇ ਨੂੰ ਕੁਛ ਨਹੀਂ ਲੱਗਣਾ, ਲੇਕਿਨ ਆਪਾਂ ਬਜ਼ੁਰਗ ਕੋਈ ਨਹੀਂ ਹੋਣਾ ਚਾਹੁੰਦਾ। ਇਸ ਕਰਕੇ ਮੈਂ ਹੀ ਕਹਾਂਗਾ ਕਿ ਜੇ ਬਜ਼ੁਰਗੀ ਤੋਂ ਬਚਣਾ ਵਾ ਜਲਦੀ ਤਾਂ ਸੋਵੋ ਜ਼ਰੂਰ। ਅਤੇ ਜੇ ਤੁਸੀਂ ਏਜਡ ਹੋ ਔਰ ਤੁਸੀਂ ਇਹ ਚਾਹੁੰਦੇ ਹੋ ਕਿ ਕੱਲ੍ਹ ਨੂੰ ਮੈਨੂੰ ਜੁਆਇੰਟਸ ਪੇਨ ਨਾ ਹੋਏ, ਕੱਲ੍ਹ ਨੂੰ ਮੈਨੂੰ ਕਾਰਡੀਅਕ ਪ੍ਰੋਬਲਮਸ ਨਾ ਹੋਣ, ਜ਼ਰੂਰ ਸੋਵੋ। ਐਕਚੁਅਲੀ ਆਯੁਰਵੇਦਾ ਮੰਨਦਾ ਵਾ ਕਿ ਨਾ ਸੋਣ ਨਾਲ ਵਾਯੂ ਵੱਧਦੀ ਹੈ ਔਰ ਵਾਯੂ ਦਾ ਵਧਣਾ ਬਹੁਤ ਸਾਰੇ ਰੋਗਾਂ ਦਾ ਕਾਰਨ ਹੈ। ਇਸ ਕਰਕੇ ਕੋਸ਼ਿਸ਼ ਕਰੋ, ਸੋਵੋ ਜ਼ਰੂਰ। ਹੁਣ ਟਾਈਮ ਦੇ ਨਾਲ ਨਾਲ ਜਿਹੜੀ ਮੇਜਰ ਚੀਜ਼ ਆ ਜਾਂਦੀ ਹੈ ਜਿਹਦੇ ਕਰਕੇ ਅੱਜ ਇਨਸੋਮਨੀਆ ਵੱਧ ਰਿਹਾ ਵਾ, ਉਹ ਹੈ ਕਿ ਆਪਾਂ ਐਗਜੈਕਟਲੀ ਸੋ ਕਦੋਂ ਰਹੇ ਹਾਂ, ਕਿਉਂਕਿ ਨੰਬਰ ਆਫ ਆਰਸ ਇਕੱਲੇ ਮੈਟਰ ਨਹੀਂ ਕਰਦੇ, ਇਹ ਵੀ ਮੈਟਰ ਕਰਦਾ ਕਿਹੜੇ ਟਾਈਮਿੰਗ 'ਚ ਸੋ ਰਹੇ ਹੋ। ਜਿਹੜਾ ਬੈਸਟ ਸਲੀਪ ਹੈ ਜਿਹਦੇ 'ਚ ਸਾਡੀ ਬੋਡੀ ਆਪਣੇ ਆਪ ਨੂੰ ਰਿਲੈਕਸ ਕਰ ਸਕਦੀ ਹੈ ਜੀ, ਅਰਲੀ ਟੂ ਬੈਡ ਐਂਡ ਅਰਲੀ ਟੂ ਰਾਈਜ਼ ਜੀ। ਜਲਦੀ ਸੋਣਾ ਵਾ, ਜਲਦੀ ਤੋਂ ਮੇਰਾ ਮਤਲਬ ਹੈ ਅਗਰ ਤੁਹਾਨੂੰ ਤੁਹਾਡਾ ਕੰਮ ਅਲਾਓ ਨਹੀਂ ਕਰ ਰਿਹਾ ਤਾਂ ਚਲੋ ਤੁਸੀਂ 11 ਵਜੇ ਤੱਕ ਲੇਟ ਤੋਂ ਲੇਟ, ਔਰ ਅਗਰ ਕੰਮ ਅਲਾਓ ਕਰ ਰਿਹਾ ਵਾ, ਆਫਿਸ ਗੋਇੰਗ ਬੰਦਾ ਵਾ, ਕੋਈ 5 ਵਜੇ ਛੁੱਟੀ ਹੋ ਰਹੀ ਹੈ, 6 ਵਜੇ ਛੁੱਟੀ ਹੋ ਰਹੀ ਹੈ, ਉਸ ਤੋਂ ਬਹੁਤ ਆਸਾਨ ਹੈ 10 ਵਜੇ ਤੱਕ ਸੋਣਾ, ਜਲਦੀ ਸੋ। ਬਟ ਆਪਾਂ ਲਿੰਗਰ ਔਨ ਕਰਦੇ ਹਾਂ, ਇਸ ਕਰਕੇ ਜਲਦੀ ਸੋਵੋ ਅਤੇ ਸਵੇਰੇ ਜਲਦੀ ਉੱਠੋ, ਕਿਉਂਕਿ ਸਾਡੀ ਬੋਡੀ 'ਚ ਜਿਹੜਾ ਬੈਸਟ ਟਾਈਮ ਹੈ, ਜਦੋਂ ਸਾਡੀ ਬੋਡੀ 'ਚ ਸਾਰੇ ਹਾਰਮੋਨਸ ਜਿਹੜੇ ਨੇ ਉਹ ਹਾਰਮੋਨਸ ਜਿਹੜੇ ਨੇ ਪ੍ਰੋਡਿਊਸ ਹੁੰਦੇ ਨੇ, ਉਹ ਟਾਈਮ ਹੈ ਜੀ ਜਲਦੀ ਸੋ ਕੇ ਸਵੇਰੇ ਜਲਦੀ ਉੱਠਣ ਦਾ। 4 ਵਜੇ ਤੋਂ ਬਾਅਦ ਜਿਹਨੂੰ ਆਪਾਂ ਬ੍ਰਹਮ ਮਹੂਰਤ ਕਹਿੰਦੇ ਹਾਂ, ਸਦੀਆਂ ਤੋਂ ਕਿਸੇ ਵੀ ਰਿਲੀਜਨ ਦੀ ਗੱਲ ਕਰ ਲਈਏ, ਹਰ ਰਿਲੀਜਨ 'ਚ ਕਿਹਾ ਜਾਂਦਾ ਸਵੇਰੇ ਤੜਕੇ ਉੱਠੋ, ਉੱਠ ਕੇ ਮਾਲਕ ਦਾ ਧਿਆਨ ਕਰੋ, ਨਿਤਨੇਮ ਕਰੋ। ਉਹਦਾ ਕਾਰਨ ਹੀ ਹੈ ਵੈ ਕਿ ਸਵੇਰੇ ਜਲਦੀ ਉੱਠਣਾ ਬਹੁਤ ਜ਼ਰੂਰੀ ਹੈ, ਔਰ ਸਵੇਰੇ ਜਲਦੀ ਉੱਠਣਾ ਜ਼ਰੂਰੀ ਹੈ ਤਾਂ ਇਹਦਾ ਮਤਲਬ ਰਾਤੀ ਜਲਦੀ ਸੋਣਾ ਜ਼ਰੂਰੀ ਹੈ, ਕਿਉਂਕਿ ਉਹ ਟਾਈਮ 'ਤੇ ਲਿੱਤੀ ਗਈ ਸਲੀਪ ਸਾਨੂੰ ਸਾਈਕੈਟ੍ਰਿਕ ਪ੍ਰੋਬਲਮਸ ਤੋਂ,
ਔਰ ਬੋਡੀਲੀ ਪ੍ਰੋਬਲਮਸ ਤੋਂ ਬਚਾ ਸਕਦੀ ਹੈ। ਇਸ ਕਰਕੇ ਸਹੀ ਟਾਈਮ 'ਤੇ ਸਹੀ ਕੁਆਂਟਿਟੀ ਦੇ ਅੰਦਰ ਸੋਵੋ ਜੀ। ਬਿਲਕੁਲ, ਅਤੇ ਸਰ ਜਿਵੇਂ ਮੈਂ ਪਹਿਲਾਂ ਵੀ ਪੁੱਛਿਆ ਸੀ ਸਵਾਲ, ਜਿਵੇਂ ਸਾਡੇ ਵਰਗੇ ਲੋਕ ਨਾਈਟ ਸ਼ਿਫਟ ਕਰਨ ਤੇ ਫਿਰ ਮੀਨ ਕਿ ਸਾਨੂੰ ਆਉਣ ਵਾਲੇ ਟਾਈਮ 'ਚ ਬਿਮਾਰੀਆਂ ਲੱਗਣਗੀਆਂ ਜਾਂ ਕੋਈ ਸੋਲੂਸ਼ਨ ਹੈ? ਉਹਦਾ ਬੈਸਟ ਸੋਲੂਸ਼ਨ ਇਹੀ ਹੈ ਜੀ ਕਿ ਅਗਰ ਤੁਹਾਨੂੰ ਪਤਾ ਹੋਵੇ ਕਿ ਨਾਈਟ ਸ਼ਿਫਟ ਹੈ, ਹਰ ਹਾਲਤ 'ਚ ਜਿੰਨੇ ਘੰਟੇ ਰਾਤੀ ਸੋਣਾ ਸੀ ਉਸ ਤੋਂ ਵੱਧ ਘੰਟੇ ਦਿਨੇ ਸੋਣਾ ਪੈਣਾ, ਦਿਨੇ ਸੋਣਾ ਪੈਣਾ। ਅਗਰ ਇੱਕ ਬੰਦੇ ਦੀ ਨੀਂਦ 6 ਘੰਟੇ ਰਾਤੀ ਸੋ ਕੇ ਪੂਰੀ ਹੁੰਦੀ ਤਾਂ ਦਿਨੇ ਉਹਨੂੰ 8 ਘੰਟੇ ਚਾਹੀਦੇ ਨੇ। ਆਪਾਂ ਕਰਦੇ ਉਲਟਾ ਵਾ, ਨਾਈਟ ਸ਼ਿਫਟ ਜਿਹੜੇ ਕਰਦੇ ਨੇ ਲੋਕੀ ਉਹ ਕੀ ਕਰਦੇ ਨੇ, ਚਲੋ ਨਾਈਟ ਸ਼ਿਫਟ ਤਾਂ ਲਗਾ ਹੀ ਲਈ ਹੈ, ਹੁਣ ਦਿਨ ਦਾ ਕੋਈ ਫਾਇਦਾ ਲੈ ਲਈਏ, ਚਲੋ ਘੁੰਮ ਹੀ ਆਈਏ। 4 ਘੰਟੇ 5 ਘੰਟੇ ਸੋਣਾ ਬਿਮਾਰੀਆਂ ਨੂੰ ਨਿਉਤਾ ਹੈ। ਕੋਸ਼ਿਸ਼ ਕਰੋ ਆਵਰਸ ਆਫ ਸਲੀਪ ਐਂਡ ਟਾਈਮ ਆਫ ਸਲੀਪ ਜ਼ਰੂਰ ਪੂਰਾ ਕਰੋ ਜੀ। ਬਿਲਕੁਲ ਜੀ। ਸੋ ਸਰ ਹੁਣ ਮੰਨ ਲਓ ਜਿਹੜੇ ਲੋਕ ਨੇ ਆਲਰੇਡੀ ਇਸ ਬਿਮਾਰੀ ਤੋਂ ਗ੍ਰਸਤ ਹੋ ਗਏ ਨੇ, ਨੀਂਦ ਆ ਹੀ ਨਹੀਂ ਰਹੀ, ਹੈ ਨਾ, ਬਹੁਤ ਸਾਰੇ ਲੋਕਾਂ ਨੂੰ ਟੈਨਸ਼ਨਸ ਬੜੀਆਂ ਹੁੰਦੀਆਂ ਨੇ, ਸੌਣ ਲੱਗਦੇ ਨੇ, ਨੀਂਦ ਨਹੀਂ ਆਉਂਦੀ ਹੈਗੀ, ਅਤੇ ਇਹ ਜੇ ਬਾਈ ਚਾਂਸ ਬਿਮਾਰੀ ਬਣ ਚੁੱਕੀ ਹੈ, ਇਹਦਾ ਕੋਈ ਟ੍ਰੀਟਮੈਂਟ ਹੈ? ਇਹਦਾ ਸਭ ਤੋਂ ਵਧੀਆ ਇਲਾਜ ਹੈ ਜੀ ਸ਼ਵ ਆਸਨ। ਓਕੇ, ਸ਼ਵ ਆਸਨ ਯੋਗਾ ਦੀ ਇੱਕ ਪ੍ਰਕਿਰਿਆ ਵੈ, ਕੋਸ਼ਿਸ਼ ਕਰੋ ਤੁਸੀਂ ਸ਼ਵ ਆਸਨ ਜ਼ਰੂਰ ਕਰਿਆ ਕਰੋ। ਮੇਰਾ ਯੂਟਿਊਬ ਚੈਨਲ ਹੈ, ਉਹਦੇ 'ਤੇ ਕਿਸ ਤਰ੍ਹਾਂ ਕਰਨਾ ਉਹ ਗਾਈਡ ਕੀਤਾ ਗਿਆ ਵੈ। ਤੁਹਾਨੂੰ ਨਹੀਂ ਸਮਝ ਲੱਗਦੀ, ਮੇਰੇ ਹੈਲਪਲਾਈਨ ਨੰਬਰਸ ਨੇ, ਬੜਾ ਅੱਛਾ ਲੱਗੇਗਾ ਮੇਰੇ ਡਾਕਟਰਸ ਨੂੰ ਤੁਹਾਨੂੰ ਸ਼ਵ ਆਸਨ ਗਾਈਡ ਕਰਕੇ। ਮੈਡੀਟੇਸ਼ਨ ਐਂਡ ਸ਼ਵ ਆਸਨ ਕਿਸੇ ਵੀ ਦਵਾਈ ਤੋਂ ਚੰਗਾ ਵੈ ਨੀਂਦ ਲਿਆਉਣ ਵਾਸਤੇ। ਸ਼ਵ ਆਸਨ 'ਚ ਜਿਹੜਾ ਮੇਨ ਆਪਾਂ ਧਿਆਨ ਦੇਣਾ ਹੁੰਦਾ, ਲੋਕ ਸ਼ਵ ਆਸਨ ਨੂੰ ਸੋਚ ਲੈਂਦੇ ਜੀ ਲੰਮੇ ਪੈਣਾ, ਕਿ ਲੇਟ ਗਏ ਆ ਰਿਲੈਕਸ ਹੋ ਗਏ ਤਾਂ ਸ਼ਵ ਆਸਨ ਆ, ਲੇਕਿਨ ਨਹੀਂ, ਸ਼ਵ ਆਸਨ ਦਾ ਮਤਲਬ ਹੈ ਲੰਮੇ ਪੈ ਜਾਓ, ਹੁਣ ਆਪਣੀ ਬਰੀਦਿੰਗ ਦੇ ਉੱਪਰ ਤੁਸੀਂ ਧਿਆਨ ਦਿਓ। ਸਾਹ ਲੰਬਾ ਜਾ ਜਦੋਂ ਤੁਸੀਂ ਅੰਦਰ ਖਿੱਚ ਰਹੇ ਹੋ, ਅਤੇ ਕੋਸ਼ਿਸ਼ ਕਰੋ ਆਪਣਾ ਸਾਰਾ ਧਿਆਨ ਉਸ ਸਾਹ ਦੇ ਉੱਪਰ ਕੇਂਦਰਿਤ ਕਰ ਲਓ, ਔਰ ਤੁਸੀਂ ਫੀਲ ਕਰਨਾ ਹੈ ਕਿ ਜਦੋਂ ਤੁਸੀਂ ਅੰਦਰ ਲੰਬਾ ਸਾਹ ਖਿੱਚ ਰਹੇ ਹੋ, ਸਾਰੀ ਸਾਰੀ ਪ੍ਰਾਣ ਵਾਯੂ ਨਿਊਟ੍ਰੀਸ਼ਨ ਲੈ ਕੇ ਤੁਹਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਰਹੀ ਹੈ। ਹੁਣ ਲੰਬਾ ਸਾਹ ਛੱਡੋ, ਜਦੋਂ ਤੁਸੀਂ ਲੰਬਾ ਸਾਹ ਛੱਡਣਾ ਹੈ, ਤੁਸੀਂ ਕੋਸ਼ਿਸ਼ ਕਰਨਾ ਹੈ ਕਿ ਜਿਹੜੀ ਬਾਹਰ ਵਾਯੂ ਜਾ ਰਹੀ ਹੈ ਉਹ ਤੁਹਾਡੇ ਸਰੀਰ 'ਚੋਂ ਸਾਰੇ ਦੇ ਸਾਰੇ ਟੌਕਸਿਨਸ ਨੂੰ ਬਾਹਰ ਲੈ ਕੇ ਜਾ ਰਹੀ ਹੈ। ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਸਾਹ ਨੂੰ ਅੰਦਰ ਖਿੱਚਦੇ ਹੋਏ ਅਤੇ ਸਾਹ ਨੂੰ ਬਾਹਰ ਛੱਡਦੇ ਹੋਏ ਸਾਰਾ ਧਿਆਨ ਆਪਣੇ ਸਾਹਾਂ ਦੇ ਉੱਪਰ ਰੱਖਣਾ ਹੈ। ਜਦੋਂ ਤੁਸੀਂ ਸ਼ਵ ਆਸਨ ਕਰੋਗੇ, ਮੈਡੀਟੇਸ਼ਨ ਕਰੋਗੇ, ਤੁਹਾਨੂੰ ਬਹੁਤ ਫਾਇਦਾ ਮਿਲੇਗਾ। ਔਰ ਅਗਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਰੋਗ ਬਣ ਚੁੱਕਿਆ ਹੈ ਔਰ ਇਹਦੇ ਨਾਲ ਨਹੀਂ ਠੀਕ ਹੋ ਰਿਹਾ, ਫਿਰ ਸਾਡੇ ਕੋਲ ਹਰਬਲ ਰੈਮਡੀਜ਼ ਵੀ ਨੇ ਜਿਹੜੀਆਂ ਤੁਸੀਂ ਘਰ ਦੇ ਅੰਦਰ ਕਰ ਸਕਦੇ ਹੋ, ਅਤੇ ਦਵਾਈਆਂ ਵੀ ਨੇ ਹਰਬਲ ਜਿਹੜੀਆਂ ਇਸਤੇਮਾਲ ਕਰ ਸਕਦੇ ਹਾਂ। ਔਰ ਥਰਡਲੀ, ਬਹੁਤ ਐਕਸਟ੍ਰੀਮ ਕੇਸਿਸ 'ਚ ਸਾਡੇ ਕੋਲ ਇਹੋ ਜਿਹੇ ਪੇਸ਼ੈਂਟਸ ਆਉਂਦੇ ਨੇ ਜਿਹੜੇ ਕਈ ਕਈ ਦਿਨਾਂ ਤੋਂ ਨਹੀਂ ਸੁੱਤੇ, ਉਹਨਾਂ ਨੂੰ ਫਿਰ ਆਪਾਂ ਆਪਣੇ ਕੋਲ ਇਨਡੋਰ ਪੰਚਕਰਮਾ ਵਾਸਤੇ ਗਾਈਡ ਕਰਦੇ ਹਾਂ। ਤਿੰਨੋਂ ਹੀ ਤਰੀਕੇ ਦੇ ਨਾਲ ਇਨਸੋਮਨੀਆ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ। ਬਿਲਕੁਲ ਜੀ। ਸੋ ਜੀ ਨੰਬਰ ਫਲੈਸ਼ ਹੋ ਰਹੇ ਨੇ, ਇਹ ਨੰਬਰ ਨੋਟ ਕਰਕੇ ਰੱਖ ਲਓ ਜੀ, ਕੋਈ ਵੀ ਪ੍ਰੋਬਲਮ ਹੈਗੀ ਹੈ ਤੁਸੀਂ ਡਿਸਕਸ ਕਰ ਸਕਦੇ ਹੋ ਇਹਨਾਂ ਨੰਬਰ 'ਤੇ ਕਾਲ ਕਰਕੇ। ਦਵਾਈਆਂ ਵੀ ਘਰ ਬੈਠੇ ਪਹੁੰਚ ਸਕਦੀਆਂ ਨੇ, ਬਾਕੀ USA ਦੇ ਵਿੱਚ ਹੈਗੇ ਉਹ ਤੋਂ ਸੈਂਟਰਸ ਦੇ ਵਿੱਚ ਵਿਜ਼ਿਟ ਕਰੋ ਜੀ। ਡਾਕਟਰ ਨਵਦੀਪ ਸ਼ਰਮਾ ਜੀ ਨੂੰ ਜੇਕਰ ਮਿਲਣਾ 15 ਅਗਸਤ ਤੋਂ ਬਾਅਦ ਉੱਥੇ ਹੀ ਹੋਣਗੇ, ਉਹ ਵਿਜ਼ਿਟ ਕਰ ਰਹੇ ਨੇ ਕੈਲੀਫੋਰਨੀਆ ਅਤੇ ਨਿਊਯਾਰਕ ਦੇ ਵਿੱਚ, ਅਤੇ ਅਪੁਆਇੰਟਮੈਂਟ ਫਿਕਸ ਜਿਹੜੀ ਆ ਉਹ ਪਹਿਲਾਂ ਕਰ ਲਓ। ਸੋ ਸਰ ਗੱਲ ਹੋ ਰਹੀ ਹੈ ਹੁਣ ਟ੍ਰੀਟਮੈਂਟ ਦੀ, ਜਿਹੜੀਆਂ ਤੁਸੀਂ ਹਰਬਸ ਦੀ ਗੱਲ ਕੀਤੀ ਹੈਗੀ ਹੈ, ਅਤੇ ਕੀ ਉਹ ਹਰਬਸ ਨੇ? ਸਭ ਤੋਂ ਕਾਮਨ ਜਿਹੜੀ US 'ਚ ਅਵੇਲੇਬਲ ਹੈ ਜੀ, ਲਿਵੈਂਡਰ ਫਲਾਵਰਸ। ਲਿਵੈਂਡਰ ਫਲਾਵਰਸ ਬਹੁਤ ਈਜ਼ੀਲੀ ਉੱਥੇ ਅਵੇਲੇਬਲ ਨੇ। ਕੋਸ਼ਿਸ਼ ਕਰੋ ਲਿਵੈਂਡਰ ਫਲਾਵਰਸ ਦੀ ਇਨਫਿਊਜ਼ਨ ਤੁਸੀਂ ਲੈ ਸਕਦੇ ਹੋ, ਡਾਇਰੈਕਟ ਫਲਾਵਰਸ ਖਾ ਸਕਦੇ ਹੋ, ਰਾਤੀ ਸੌਣ ਤੋਂ ਥੋੜ੍ਹੀ ਦੇਰ ਪਹਿਲਾਂ ਤੁਸੀਂ ਲਿਵੈਂਡਰ ਫਲਾਵਰਸ ਲਓ। ਅਗਰ ਆਪਾਂ ਓਇਲਸ ਦੀ ਗੱਲ ਕਰੀਏ, ਖਸ ਦਾ ਤੇਲ ਉੱਥੇ ਅਵੇਲੇਬਲ ਹੈ। ਖਸ ਦਾ ਤੇਲ ਤੁਸੀਂ ਸਕੈਲਪ 'ਤੇ ਮਸਾਜ ਕਰਾ ਸਕਦੇ ਹੋ, ਤੁਹਾਨੂੰ ਬਹੁਤ ਵਧੀਆ ਨੀਂਦ ਲਿਆ ਕੇ ਦੇਵੇਗਾ। ਔਰ ਜਦੋਂ ਸਕੈਲਪ 'ਤੇ ਮਸਾਜ ਕਰਾਓ, ਥੋੜ੍ਹਾ ਥੋੜ੍ਹਾ ਖਸ ਦਾ ਤੇਲ ਆਪਣੇ ਪੈਰਾਂ ਦੇ ਉੱਪਰ ਵੀ ਲਗਾਓ। ਥਰਡ, ਗਰਮ ਦੁੱਧ 'ਚ ਖੰਡ ਪਾ ਕੇ ਜਦੋਂ ਆਪਾਂ ਪੀਂਦੇ ਹਾਂ, ਚੀਨੀ ਵਾਲਾ ਗਰਮ ਦੁੱਧ ਆਪਣੇ ਆਪ 'ਚੋਂ ਨੀਂਦ ਲਿਆਉਂਦਾ ਵੈ। ਪਹਿਲੇ ਟਾਈਮ 'ਤੇ ਇੱਕ ਹੈਬਿਟ ਹੁੰਦੀ ਸੀ ਸਾਰਿਆਂ ਦੀ, ਖਾਣਾ ਖਾਣ ਤੋਂ ਬਾਅਦ ਉਹ ਗਰਮ ਦੁੱਧ ਪੀਂਦੇ ਸੀ, ਅੱਜ ਨਹੀਂ ਪੀਂਦੇ। ਕੋਸ਼ਿਸ਼ ਕਰੋ ਜਦੋਂ ਤੁਸੀਂ ਸੋਣਾ ਚਾਹੁੰਦੇ ਹੋ, ਉਸ ਤੋਂ ਤਕਰੀਬਨ 1/2 ਘੰਟਾ ਪਹਿਲੇ ਤੁਸੀਂ ਗਰਮ ਦੁੱਧ ਜਿਹੜਾ ਵੈ ਉਹਦੇ 'ਚ ਖੰਡ ਪਾ ਕੇ ਪੀਓ। ਅਗਰ ਆਪਾਂ ਮੈਡੀਸਿਨਸ ਵੱਲ ਜਾਈਏ, ਜਟਾਮਾਨਸੀ ਇੱਕ ਹਰਬ ਹੈ ਜਿਹਦੀ ਇਨਫਿਊਜ਼ਨ ਪੀਣੀ ਹੁੰਦੀ ਹੈ। ਜਟਾਮਾਨਸੀ ਪਾਊਡਰ ਤਕਰੀਬਨ 5 ਗ੍ਰਾਮ ਲੈਣਾ ਵੈ, 5 ਗ੍ਰਾਮ ਤੁਸੀਂ ਬੋਇਲਿੰਗ ਵਾਟਰ ਇੱਕ ਕੱਪ ਦੇ ਲੈ ਕੇ ਉਹਦੇ 'ਚ ਪਾ ਦੇਣਾ, ਉੱਪਰੋਂ ਢੱਕ ਦੇਣਾ ਵੈ। ਤਕਰੀਬਨ 10 ਮਿੰਟਾਂ ਦੇ ਬਾਅਦ ਤੁਸੀਂ ਉਹ ਪਾਣੀ ਛਾਣ ਲੈਣਾ ਵੈ, ਹੁਣ ਤੁਸੀਂ ਉਹ ਪਾਣੀ ਪੀ ਸਕਦੇ ਹੋ। ਉਹ ਪਾਣੀ ਵੀ ਤੁਹਾਨੂੰ ਨੈਚੁਰਲ ਸਲੀਪ ਲਿਆਏਗਾ। ਅਤੇ ਇਹ ਕੋਮਨ ਹਰਬਸ ਨੇ ਜਿਹੜੀਆਂ ਕਿ ਤੁਸੀਂ US ਤੋਂ ਵੀ ਲੈ ਸਕਦੇ ਹੋ। ਜਟਾਮਾਨਸੀ ਥੋੜ੍ਹਾ US 'ਚ ਘੱਟ ਮਿਲਦੀ ਹੈ, ਬਾਕੀ ਸਾਰੀਆਂ ਹਰਬਸ ਜਿਹੜੀਆਂ ਨੇ ਉਹ US 'ਚ ਅਵੇਲੇਬਲ ਨੇ। ਔਰ ਅਗਰ ਆਪਾਂ ਮੈਡੀਸਿਨਸ ਦੀ ਗੱਲ ਕਰ ਲਈਏ, ਕਿਉਂਕਿ ਕੁਛ ਹਰਬਸ ਉੱਥੇ ਅਵੇਲੇਬਲ ਨਹੀਂ ਹੈ, ਅਤੇ ਸਿਫੈਲੇਗੋ ਇੱਕ ਕੈਪਸੂਲਸ ਨੇ ਜਿਹੜੇ US 'ਚ ਅਵੇਲੇਬਲ ਨੇ। ਇਹਦੇ 'ਚ ਉਸ ਥਕਦੂਸ ਪਿਆ ਵੈ ਜਿਹਨੂੰ ਆਪਾਂ ਲਿਵੈਂਡਰ ਕਹਿੰਦੇ ਹਾਂ, ਇਹਦੇ 'ਚ ਜਟਾਮਾਨਸੀ ਪਈ ਹੈ, ਇਹਦੇ 'ਚ ਤਗਰ ਪਿਆ ਵੈ, ਤਗਰ ਜਿਹੜਾ ਕਿ ਇੱਕ ਨੈਚੁਰਲ ਐਂਟੀ ਡਿਪਰੈਸੈਂਟ ਹੈ। ਔਰ ਕੁਛ ਹਰਬਸ ਪਈਆਂ ਨੇ ਸ਼ੰਖ ਪੁਸ਼ਪੀ ਵਰੀਆਂ ਜਿਹੜੀਆਂ ਬ੍ਰੇਨ ਟੋਨਿਕਸ ਨੇ। ਸਿਫੈਲੇਗੋ ਦਾ ਯੂਜ਼ ਕੀਤਾ ਜਾ ਸਕਦਾ ਵੈ ਰਾਤੀ ਸੌਣ ਤੋਂ ਤਕਰੀਬਨ 1/2 ਘੰਟਾ ਪਹਿਲੇ। ਅਗਰ ਆਪਾਂ ਸੋਚਦੇ ਹਾਂ ਕਿ ਨਹੀਂ ਹਰਬਸ ਨਾਲ ਫਾਇਦਾ ਨਹੀਂ ਹੋ ਰਿਹਾ,
ਨਾਰਮਲ ਰੈਮਡੀਜ਼ ਨਾਲ ਫਾਇਦਾ ਨਹੀਂ ਹੋ ਰਿਹਾ ਔਰ ਦਵਾਈ ਦੀ ਲੋੜ ਹੈ ਜੀ। ਸੋ ਸਰ ਇਹ ਜਿਹੜੀਆਂ ਦਵਾਈਆਂ ਨੇ ਆਲਮੋਸਟ ਮੈਂ ਦੇਖਿਆ ਹੈਗਾ ਕਿ ਆਯੁਰਵੈਦਿਕ ਦਵਾਈਆਂ ਜਿਹੜੀਆਂ ਤੁਸੀਂ ਕਰਦੇ ਹੋ ਸੁਜੈਸਟ ਕਰਦੇ ਹੋ ਇਹ ਵੀ ਜਿਹੜੀਆਂ ਹਰਬਸ ਨੇ ਉਹਨਾਂ ਨੂੰ ਹੀ ਰੈਡੀ ਕਰਕੇ ਬਣਾਈਆਂ ਗਈਆਂ ਨੇ ਕੋਈ ਸਾਈਡ ਇਫੈਕਟ ਨਹੀਂ ਬਿਲਕੁਲ ਜੀ ਬਿਲਕੁਲ ਸਾਡੀ ਕੋ ਕੋਸ਼ਿਸ਼ ਰਹਿੰਦੀ ਹੈ ਦੇਖੋ ਮੇਰਾ ਪਹਿਲਾ ਮਕਸਦ ਤੇ ਇਹੀ ਹੁੰਦਾ ਹੈ ਕਿ ਬੰਦਾ ਹਰਬਸ ਨਾਲ ਠੀਕ ਹੋਏ ਕਿਉਂਕਿ ਨੈਚੁਰਲ ਤੋਂ ਉੱਪਰ ਤੇ ਕੁਝ ਨਹੀਂ ਹੈ ਬਟ ਹਰਬਸ ਕਿਉਂਕਿ ਉਨੀ ਇਜ਼ੀਲੀ ਅਵੇਲੇਬਲ ਨਹੀਂ ਹੈ ਕੁਝ ਖਾਣ 'ਚ ਇਨਕਨਵੀਨੀਅੰਟ ਨੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਆਪਾਂ ਜਿਹੜੀਆਂ ਹਰਬਸ ਨੇ ਉਹਨਾਂ ਦੇ ਐਕਸਟ੍ਰੈਕਟਸ ਨਿਕਾਲ ਕੇ ਨੈਚੁਰਲੀ ਜਿਹੜਾ ਵਾ ਉਹ ਫਿਰ ਆਪਾਂ ਐਫ ਡੀ ਏ ਦੀ ਨੌਲੇਜ 'ਚ ਲਿਆ ਕੇ ਐਫ ਡੀ ਏ ਦੀ ਗਾਈਡਲਾਈਨਸ ਦੇ ਹਿਸਾਬ ਦੇ ਨਾਲ ਉਹ ਯੂ ਐੱਸ 'ਚ ਪਹੁੰਚਾਉਂਦੇ ਹਾਂ ਉੱਥੋਂ ਯੂ ਐੱਸ ਤੋਂ ਜਿਹੜੇ ਲੋਕ ਨੇ ਉਹਨਾਂ ਹਰਬਸ ਨੂੰ ਲੈ ਸਕਦੇ ਨੇ ਪਿਓਰ ਹਰਬਸ ਨੇ ਜੀ ਨੋ ਮੈਟਲਸ ਇਨ ਇਟ ਤਾਂ ਕਿ ਉਹ ਸੇਫ ਰਹਿਣ ਔਰ ਅਗਰ ਕੋਈ ਉਹਨਾਂ ਦਾ ਯੂਜੇਜ ਕਰ ਰਿਹਾ ਵਾ ਉਹਨੂੰ ਫਾਇਦਾ ਵੀ ਉਹੀ ਮਿਲੇ ਜਿਹੜਾ ਨੋਰਮਲ ਰੋ ਹਰਬ ਨਾਲ ਮਿਲ ਰਿਹਾ ਅਤੇ ਨੁਕਸਾਨ ਵੀ ਕਿਸੇ ਤਰ੍ਹਾਂ ਦਾ ਨਾ ਹੋਏ ਬਿਲਕੁਲ ਜੀ। ਸੋ ਸਟਾਰਟ ਦੇ ਵਿੱਚ ਕੋਸ਼ਿਸ਼ ਕਰੋ ਜਿਵੇਂ ਹਰਬਸ ਲੈਣੀਆਂ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਜੇਕਰ ਪ੍ਰੋਬਲਮ ਬਹੁਤ ਹੀ ਵੱਧ ਗਈ ਹੈ ਤਾਂ ਮੈਡੀਸਿਨਸ 'ਤੇ ਤੁਸੀਂ ਪਹੁੰਚ ਜਾਓਗੇ ਟਰਾਈ ਕਰੋਗੇ ਸਟਾਰਟ ਦੇ ਵਿੱਚ ਜੇ ਤੁਹਾਨੂੰ ਲੱਗ ਰਿਹਾ ਇਸ ਚੀਜ਼ ਨੂੰ ਇਗਨੋਰ ਬਿਲਕੁਲ ਨਾ ਕਰੋ ਕਿ ਸਾਨੂੰ ਨੀਂਦ ਨਹੀਂ ਆ ਰਹੀ ਚਲੋ ਕੋਈ ਗੱਲ ਨਹੀਂ ਜੀ ਅਸੀਂ ਐਕਟਿਵ ਰਹਿੰਦੇ ਹਾਂ ਮਤਲਬ ਸਾਡੀ ਸਿਹਤ ਬੜੀ ਵਧੀਆ ਹੈਗੀ ਆ ਅੰਦਰੋਂ ਅੰਦਰੋਂ ਤੁਹਾਡੀ ਬਾਡੀ ਜਿਹੜੀ ਆ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਸਰ ਜਾਂਦੇ ਜਾਂਦੇ ਕੋਈ ਟਿਪਸ ਜਿਹੜੇ ਸ਼ੇਅਰ ਕਰਨਾ ਚਾਹੋ? ਦੇਖੋ ਆਪਾਂ ਸਲੀਪ ਦੀ ਗੱਲ ਕਰ ਰਹੇ ਹਾਂ ਇਨਸੋਮਨੀਆ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਕੋਸ਼ਿਸ਼ ਕਰੋ ਰਾਤੀ ਸੌਣ ਲੱਗਿਆਂ ਆਪਣੇ ਬੈੱਡ ਦੇ ਪੈਰਾਂ ਵਾਲੇ ਪਾਸੇ ਦੋ ਦੋ ਇੱਟਾਂ ਲਗਾ ਲਵੋ ਤਾਂ ਕਿ ਤੁਹਾਡਾ ਜਿਹੜਾ ਸਿਰ ਹੈ ਉਹ ਸੌਣ ਦੇ ਟਾਈਮ 'ਤੇ ਥੋੜ੍ਹਾ ਨੀਚਾ ਹੋਏ ਅਤੇ ਪੈਰ ਥੋੜ੍ਹੇ ਉੱਚੇ ਹੋਣ। ਬੈਟਰ ਬਲੱਡ ਸਰਕੂਲੇਸ਼ਨ ਬ੍ਰੇਨ 'ਚ ਜਾਏਗੀ, ਬ੍ਰੇਨ ਜ਼ਿਆਦਾ ਡੀਟੋਕਸੀਫਾਈ ਹੋ ਪਾਏਗਾ, ਰਿਲੈਕਸ ਹੋ ਪਾਏਗਾ, ਤੁਸੀਂ ਬੈਟਰ ਸੋ ਪਾਓਗੇ। ਦੂਸਰਾ ਆਪਾਂ ਕੋਸ਼ਿਸ਼ ਕਰਨੀ ਹੈ ਜਿਸ ਤਰ੍ਹਾਂ ਕਿ ਮੈਂ ਦੱਸਿਆ ਗਰਮ ਦੁੱਧ, ਗਰਮ ਦੁੱਧ ਦੇ ਅੰਦਰ ਤੁਸੀਂ ਸੌਂਫ ਪਾ ਸਕਦੇ ਹੋ, ਸੌਂਫ ਹੋਰ ਬੈਟਰ ਸਲੀਪ ਲਿਆਏਗੀ ਤੁਹਾਨੂੰ, ਥੋੜਾ ਜਿਹੜਾ ਥੋੜਾ ਇਨਸੋਮਨੀਆ ਉਹਨੂੰ ਕਿਉਰ ਕਰਨ 'ਚ ਮਦਦ ਕਰੇਗੀ। ਬਿਲਕੁਲ ਜੀ। ਸੋ ਪੁਰਾਣੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਲਮੋਸਟ ਲੋਕ 4 ਵਜੇ ਸਵੇਰੇ ਉੱਠ ਜਾਂਦੇ ਸੀਗੇ, ਸੌਣ ਤੋਂ ਪਹਿਲਾਂ ਦੁੱਧ ਪੀਂਦੇ ਸੀਗੇ, ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਹਜੇ ਵੀ ਹੈ। ਸੋ ਤਾਂ ਹੀ ਪੁਰਾਣੇ ਟਾਈਮ ਦੇ ਵਿੱਚ ਆਪਾਂ ਏਜ ਦੀ ਗੱਲ ਕਰੀਏ 90-100 ਤੋਂ ਵੀ ਅਬਵ ਹੁੰਦੀ ਸੀਗੀ ਤੇ ਬੜੇ ਹੈਲਦੀ ਸੀਗੇ ਲੋਕ, ਪਰ ਅੱਜ ਦੇ ਟਾਈਮ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਬਿਮਾਰੀਆਂ। ਬਿਲਕੁਲ ਜੀ ਬਿਲਕੁਲ, ਰੀਜ਼ਨ ਕਿਤੇ ਨਾ ਕਿਤੇ ਲਾਈਫ ਸਟਾਈਲ ਹੀ ਹੈਗਾ ਜੀ। ਸੋ ਗੱਲ ਅੱਜ ਚਾਹੇ ਗੀਤੀ ਹੈਗੀ ਅਸੀਂ, ਪਰ ਕੋਈ ਵੀ ਇਸ਼ੂ ਹੈਗਾ, ਕੋਈ ਵੀ ਬਿਮਾਰੀ ਹੈਗੀ, ਵੱਡੀ ਤੋਂ ਵੱਡੀ ਬਿਮਾਰੀ ਵੀ ਹੈਗੀ ਆ, ਉਹਦਾ ਇਲਾਜ ਵੀ ਆਯੁਰਵੈਦਿਕ ਤਰੀਕੇ ਦੇ ਨਾਲ ਡਾਕਟਰ ਨਵਦੀਪ ਸ਼ਰਮਾ ਥਰੂ ਕੀਤਾ ਜਾਂਦਾ ਹੈਗਾ। ਕਿਉਂਕਿ ਇੱਕ ਬਹੁਤ ਹੀ ਵੱਡੇ ਲੈਵਲ 'ਤੇ ਬਹੁਤ ਵੱਡੇ ਵੱਡੇ ਸੈਂਟਰਸ ਨੇ ਜਿੱਥੇ ਪ੍ਰੋਪਰ ਤਰੀਕੇ ਦਾ ਜਿਹੜਾ ਟ੍ਰੀਟਮੈਂਟ ਜਿਹੜਾ ਆ ਉਹ ਕੀਤਾ ਜਾਂਦਾ। ਬਾਕੀ ਜੀ ਨੰਬਰ ਨੋਟ ਕਰ ਸਕਦੇ ਹੋ, ਇਹਨਾਂ ਨੰਬਰ 'ਤੇ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ, ਸੈਂਟਰਸ ਦਾ ਐਡਰੈਸ ਲੈਣਾ, ਕੋਈ ਬਿਮਾਰੀ ਬਾਰੇ ਡਿਸਕਸ ਕਰਨਾ ਹੈਗਾ। ਜੇ ਇੰਡੀਆ ਆ ਰਹੇ ਹੋ ਤਾਂ ਦਿੱਲੀ ਸੈਂਟਰ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ। ਸੋ ਇਸੇ ਦੇ ਨਾਲ ਮੈਨੂੰ ਫ੍ਰਿਸ਼ਨ ਦੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਇਜਾਜ਼ਤ, ਅਗਲੇ ਸ਼ੋਅ ਦੇ ਵਿੱਚ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਆਵਾਂਗੇ ਹਾਜ਼ਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।